ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਜੀਤ ਸਿੰਘ ਢੀਂਡਸਾ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਪ੍ਰਧਾਨ ਜ਼ਿਲ੍ਹਾ ਲੁਧਿਆਣਾ। ਮੈਂ ਆਹ ਸਾਡੇ ਸਮਰਾਲੇ ਤੋਂ ਸੂਏ ਦਾ ਰਜਵਾਹਾ ਜਾਂਦਾ, ਇੱਧਰ ਖਟਰਾਂ ਮੁੱਤੋਂ, ਭਗਵਾਨਪੁਰਾ, ਮਾਧਪੁਰ, ਮਦੂਦਾਂ, ਕਈ ਪਿੰਡਾਂ ਨੂੰ ਜਾ ਰਿਹਾ। ਸਰਕਾਰ ਦੇ ਵਾਅਦੇ ਨੇ, ਰੋਜ਼ ਪਟਵਾਰੀ ਫੋਨ ਕਰਕੇ ਪੁੱਛਦੇ ਨੇ ਪਾਣੀ ਛੱਡ ਦਈਏ ਜੀ, ਪਾਣੀ ਆ ਰਿਹਾ। ਇਹ ਸੂਆ ਦੇਖ ਲਓ, 15 ਤਰੀਕ ਦੇ ਵਾਅਦੇ ਸੀ, ਆਹ ਦੇਖ ਲਓ ਤੁਹਾਡੇ ਸਾਹਮਣੇ ਸੂਆਂ ਦੇ ਵਿੱਚ ਕੀ ਹਾਲ ਆ। ਸਰਕਾਰ ਦੀਆਂ ਨਲਾਇਕੀਆਂ, ਆਹ ਨੱਕੇ ਉੱਕਣੇ ਪਏ ਨੇ, ਇਹਨਾਂ ਦਾ ਕੋਈ ਪਾਣੀ ਨਹੀਂ ਆਇਆ। ਹੁਣ ਪੁੱਛਿਆ ਇਹਨਾਂ ਨੂੰ, ਇਹ ਕਹਿੰਦੇ ਪਾਣੀ ਟੁੱਟ ਗਿਆ, ਪਿੱਛੇ ਸੂਆ ਟੁੱਟ ਗਿਆ। ਜੋ ਇਹ ਟ੍ਰੇਨਿੰਗਾਂ ਲੈਣੀਆਂ ਹੁੰਦੀਆਂ ਨੇ, ਟਰਾਈਆਂ, ਇਹ 10 ਦਿਨ 15 ਦਿਨ ਪਹਿਲਾਂ ਕੀ ਕਰਦਾ ਹੁੰਦਾ ਮਹਿਕਮਾ, ਇਹ ਲੈ ਸਕਦੇ ਨੇ ਘੁੰਮ ਫਿਰ ਕੇ ਆਪਣਾ ਪਹਿਲਾਂ ਪਾਣੀ ਛੱਡਣ। ਕੋਈ ਇਹਨਾਂ ਦਾ ਮੁਲਾਜ਼ਮ ਆ ਪੱਤੇ ਨਹੀਂ ਕੱਢਦਾ, ਦੇਖੋ ਨੱਕੇ ਨੇ ਭਰੇ ਪਏ ਨੇ, ਬੁਰਾ ਹਾਲ ਸੂਆਂ ਦਾ ਹੋਇਆ ਪਿਆ। ਸਾਰੀ ਨਰੇਗਾ ਇੱਥੇ ਹੁਣ ਅਜੇ ਹਫ਼ਤਾ ਪਹਿਲਾਂ ਲੱਗੀ ਹੀ ਸੀ, ਕੋਈ ਇਹਨਾਂ ਨੇ ਸਫਾਈ ਨਹੀਂ ਕਰੀ। ਇਹ ਕਿਵੇਂ ਨੌਂ ਦੀਆਂ ਗੱਲਾਂ ਨੇ। ਸਰਕਾਰ ਦਾ ਪੈਸਾ ਖਜ਼ਾਨਾ ਲੁੱਟ ਹੁੰਦਾ, ਸਰਕਾਰ ਕਹਿੰਦੀ ਆ ਵੀ ਅਸੀਂ ਟੇਲਾਂ 'ਤੇ ਪਾਣੀ ਪਹੁੰਚਾ ਤਾ, ਸਾਬਤ ਕਰਿਆ ਜਾਵੇ ਵੀ ਕਿਹੜੀਆਂ ਟੇਲਾਂ 'ਤੇ ਆ, ਬੋਹੜਾ ਲਾ ਲਾ ਕੇ ਵੀ ਇੰਨਾ ਪਾਣੀ ਹੈ ਜੀ, ਇੰਨਾ ਆਏ ਆ, ਬੋਹੜ ਲਾ ਲਾ ਕੇ ਉਹ ਇਹ ਬਸ ਲੋਕਾਂ ਨੂੰ ਦਿਖਾਵੇ ਕਰੇ ਜਾਂਦੇ ਨੇ, ਇਹਨਾਂ ਦੇ ਉੱਤੇ ਫਜ਼ੂਲ ਖਰਚੇ ਕਰੇ ਜਾਂਦੇ ਨੇ, ਨਾ ਕਿ ਲੋਕਾਂ ਨੂੰ ਪਾਣੀ ਦਿੱਤਾ ਜਾਂਦਾ। ਦੇਖ ਲਓ ਇੰਨੇ ਨੰਬਰ ਬੁਰਜੀ ਆਹ ਪੁਲ 'ਤੇ ਖੜ੍ਹਾ ਮੈਂ, ਇਹਨੂੰ ਸਰਕਾਰ ਦੀ ਨਲਾਇਕੀ ਸਮਝ ਲਓ, ਚਾਹੇ ਇਹ ਇੱਕ ਡਰਾਮੇਬਾਜ਼ੀ ਸਮਝ ਲਓ। ਰੋਜ਼ ਇਹ ਮਤਲਬ ਕਹਿ ਰਹੇ ਨੇ ਵੀ ਸਾਡਾ ਇੰਨਾ ਪਾਣੀ ਆ ਗਿਆ, ਟੇਲਾਂ ਦੇ ਵਿੱਚ ਇੰਨਾ ਪਹੁੰਚ ਗਿਆ, ਆਹ ਗੰਦਾ ਪਾਣੀ ਖੜ੍ਹਾ ਪਹਿਲਾਂ ਹੀ ਇਹਦੇ ਵਿੱਚ। ਹੁਣ 15 ਤਰੀਕ ਤੋਂ ਵਾਅਦੇ ਸੀ ਸਾਡੀ, ਇਹ ਸੇਂਜੀ ਆ ਸੂਏ ਦੇ ਉੱਤੇ, ਜਿਹੜੀ ਸਾਡੀਆਂ ਬਾਰੀਆਂ ਨੇ ਇੱਕ ਨੇ ਲੰਘ ਜਾਂਦੀਆਂ ਨੇ, ਦੂਏ ਹਫ਼ਤੇ ਆਉਂਦੀ ਆ, ਜਦ ਨੂੰ ਇਹਨਾਂ ਦੀ ਬੰਦੀ ਆ ਜਾਂਦੀ ਹੈ, 2 ਮਹੀਨੇ ਪਾਣੀ ਦੇਣਾ ਹੁੰਦਾ। ਜੇ ਸਾਰਾ ਸਾਲ ਸੂਏ 'ਚ ਪਾਣੀ ਦੇਣ ਤਾਂ ਲੋਕਾਂ ਦਾ ਵਿਸ਼ਵਾਸ ਬਣੇ ਵੀ ਅਸੀਂ ਇੱਥੋਂ ਪਾਣੀ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।